ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ 'ਚ ਵੀ ਇਹ ਫਸਟ ਈਅਰ ਦੀ ਅਗਲੀ ਪੋਇਮ ਅਗਲਾ ਗੀਤ ਤੁਹਾਨੂੰ ਕਰਵਾਉਣ ਲੱਗਿਆ ਵਤਨ ਦਾ ਸ਼ਹੀਦ ਕਵਿਤਾ। ਇਹਦਾ ਵਿਸ਼ਾ ਵਸਤੂ ਸਾਰ ਥੀਮ ਅਤੇ ਇਹਦਾ ਕੇਂਦਰੀ ਭਾਵ। ਇਸ ਤੋਂ ਪਹਿਲਾਂ ਆਪਾਂ ਪਹਿਲਾਂ ਸਾਰੀਆਂ ਜਿਹੜੀਆਂ ਨੇ ਕਵਿਤਾਵਾਂ ਕਰਵਾ ਚੁੱਕੇ ਹਾਂ, ਜਿਨ੍ਹਾਂ ਨੇ ਉਹ ਵੀਡੀਓਜ਼ ਨਹੀਂ ਦੇਖੀਆਂ ਜਾ ਕੇ ਜ਼ਰੂਰ ਦੇਖੋ, ਚੈੱਕਆਊਟ ਕਰੋ। ਵਤਨ ਦਾ ਸ਼ਹੀਦ ਕਵਿਤਾ ਨੰਦ ਲਾਲ ਨੂਰਪੁਰੀ ਦੀ ਲਿਖੀ ਹੋਈ ਹੈ ਇਹ ਕਵਿਤਾ। ਜਾਂ ਇਸ ਕਵਿਤਾ ਵਿੱਚ ਕਵੀ ਨੇ ਇੱਕ ਨਿਸ਼ਕਾਮ ਦੇਸ਼ ਭਗਤ ਦੇ ਭਾਵਾਂ ਨੂੰ ਅੰਕਿਤ ਕੀਤਾ ਹੈ। ਇੱਥੇ ਤੱਕ ਸਾਡਾ ਜਿਹੜਾ ਵਾ ਉਹ ਵਿਸ਼ਾ ਵਸਤੂ ਕੰਪਲੀਟ ਹੋ ਗਿਆ ਕਿ ਵਿਸ਼ਾ ਕੀ ਹੈ, ਮੇਨ ਪੁਆਇੰਟ ਕੀ ਹੈ ਇਸ ਕਵਿਤਾ ਦਾ। ਨਿਸ਼ਕਾਮ ਭਾਵਨਾ ਆਪਣੀ ਜਾਨ ਵਾਰਨ ਵਾਲਾ ਵਤਨ ਦਾ ਸ਼ਹੀਦ ਕਹਿੰਦੇ ਹਨ ਉਸਨੂੰ। ਅਤੇ ਉਹ ਨਹੀਂ ਚਾਹੁੰਦਾ ਕਿ ਉਸਦੇ ਮਰਨ ਮਗਰੋਂ ਕੋਈ ਉਦਾਸੀਆਂ ਯਾਦਗਾਰਾਂ ਬਣਾਈਆਂ ਜਾਣ, ਕੋਈ ਥਾਵਾਂ ਬਣਾਈਆਂ ਜਾਣ। ਉਹ ਚਾਹੁੰਦਾ ਹੈ ਕਿ ਉਸਦਾ ਖੂਨ, ਉਸਦਾ ਡੁੱਲਿਆ ਖੂਨ ਦੇਸ਼ ਵਾਸੀਆਂ ਦੀ ਭੁੱਖ ਪਿਆਸ ਨੂੰ ਦੂਰ ਕਰਨ, ਦੁਖੀ ਇਸਤਰੀਆਂ ਦੇ ਜੀਵਨ ਸੁਧਰਨ ਦੇ ਕੰਮ ਆਵੇ। ਉਹ ਨਹੀਂ ਚਾਹੁੰਦਾ ਕਿ ਉਸ 'ਤੇ ਰੌਲ ਰੌਲ ਕੇ ਮੰਗਤਾ ਬਣੇ। ਉਹ ਕਹਿੰਦਾ ਕਿ ਉਹ ਨਹੀਂ ਚਾਹੁੰਦਾ ਕਿ ਉਸ ਤੋਂ ਬਾਅਦ ਕੋਈ ਵੀ ਰੌਲ ਰੌਲ ਕੇ ਮੰਗਤਾ ਬਣੇ, ਪੈਸਿਆਂ ਦੇ ਪਿੱਛੇ ਫਿਰੇ, ਬੱਚਿਆਂ ਦੀ ਪੈਸਿਆਂ ਨਾਲ ਸਹਾਇਤਾ ਕਰੇ। ਸਗੋਂ ਉਹ ਆਸ ਕਰਦਾ ਕਿ ਬੱਚੇ ਜਿਹੜੇ ਨੇ ਮੰਗਤੇ ਵਾਲਾ ਜੀਵਨ ਜਿਉਣ ਦੀ ਥਾਂ ਅਣਖ ਵਾਲਾ ਜੀਵਨ ਜਿਉਣ, ਉਹਨਾਂ ਨੂੰ ਪ੍ਰੇਰਨਾ ਮਿਲੇ। ਉਹ ਚਾਹੁੰਦਾ ਕਿ ਜਿਹੜੀ ਵਿਧਵਾ ਪਤਨੀ ਹੈ, ਉਸਦੀ ਵਿਧਵਾ ਪਤਨੀ ਦੀ ਵੀ ਸਹਾਇਤਾ ਨਾ ਕਰੇ, ਸਗੋਂ ਉਹ ਚਾਹੁੰਦਾ ਹੈ ਕਿ ਉਸਦੇ ਇੱਕੋ ਇੱਕ ਪੁੱਤ ਨੂੰ ਵੀ ਦੇਸ਼ ਦੀ ਲੇਖੀ ਲਾਇਆ ਜਾਵੇ। ਉਹ ਕਹਿੰਦਾ ਕਿ ਇਸ ਨੂੰ ਵੀ ਫੌਜੀ ਬਣਾਇਆ ਜਾਵੇ। ਤੁਸੀਂ ਆਪ ਦੇਖ ਸਕਦੇ ਹੋ ਉਹਦੀ ਅਣਖ ਭਾਵਨਾ ਕਿੰਨੀ ਜ਼ਿਆਦਾ ਵੱਡੀ ਹੈ, ਤਾਂ ਜੋ ਹੋਰ ਦੇਸ਼ ਵਾਸੀਆਂ ਦਾ ਜੀਵਨ ਸੁਖੀ ਹੋ ਸਕੇ। ਉਹ ਇਹੀ ਚਾਹੁੰਦਾ ਕਿ ਉਸਦੇ ਜੀਵਨ ਤੋਂ ਬਾਅਦ ਉਸਦੀ ਪਤਨੀ ਦੀ ਸਹਾਇਤਾ ਨਾ ਕੀਤੀ ਜਾਵੇ, ਉਸਨੂੰ ਪੈਸੇ ਨਾ ਦਿੱਤੇ ਜਾਣ, ਉਸਦੇ ਬੱਚਾ ਜਿਹੜਾ ਇੱਕੋ ਇੱਕ ਪੁੱਤਰ ਆ ਉਸਨੂੰ ਵੀ ਦੇਸ਼ ਦੇ ਲੇਖੇ ਲਾ ਦਿੱਤਾ ਜਾਵੇ। ਇੱਕ ਵਤਨ ਦਾ ਸ਼ਹੀਦ ਇਹ ਗੱਲ ਕਹਿ ਰਿਹਾ ਵਾ, ਬਹੁਤ ਡੂੰਘੇ ਭਾਵਾਂ ਵਾਲੀ ਗੱਲ ਹੈ ਇਹ। ਅਤੇ ਹੁਣ ਅਸੀਂ ਇਸਦੇ ਕੇਂਦਰੀ ਭਾਵ ਦੀ ਗੱਲ ਕਰਦੇ ਹਾਂ। ਵਤਨ ਦਾ ਸ਼ਹੀਦ ਕਵਿਤਾ ਦਾ ਕੇਂਦਰੀ ਭਾਵ, ਵਤਨ ਦਾ ਸ਼ਹੀਦ ਨਹੀਂ ਚਾਹੁੰਦਾ ਕਿ ਉਸਦੀ ਕੁਰਬਾਨੀ ਦਾ ਉਸਨੂੰ ਕੋਈ ਨਿੱਜੀ ਜਾਂ ਉਸਦੇ ਪਰਿਵਾਰ ਨੂੰ ਕੋਈ ਫਾਇਦਾ ਹੋਵੇ। ਉਹ ਆਪਣੀ ਪਤਨੀ ਦੇ ਬੱਚਿਆਂ ਨੂੰ ਦੇਸ਼ ਦੇ ਅਤੇ ਲੋਕਾਂ ਦੇ ਜੀਵਨ ਖੁਸ਼ਹਾਲ ਕਰਨ ਦੇ ਦੇਸ਼ ਦੇ ਲੇਖੇ ਲਾਉਣਾ ਚਾਹੁੰਦਾ। ਆਪਣੀ ਪਤਨੀ ਨੂੰ ਵੀ ਅਤੇ ਆਪਣੇ ਬੱਚੇ ਨੂੰ ਵੀ, ਦੋਨਾਂ ਨੂੰ ਆਪਣੇ ਦੇਸ਼ ਦੇ ਲੇਖੇ ਲਾਉਣਾ ਚਾਹੁੰਦਾ ਵਾ। ਉਹ ਇਹੀ ਚਾਹੁੰਦਾ ਕਿ ਉਹਦੀ ਸਹਾਇਤਾ ਕੋਈ ਨਾ ਕਰੇ, ਉਹ ਖੁਦ ਲੇਖੇ ਲੱਗਣ। ਇਹ ਵਤਨ ਦੇ ਸ਼ਹੀਦ ਕਵਿਤਾ ਦਾ ਕੇਂਦਰੀ ਭਾਵ ਸੀ, ਨੰਦ ਲਾਲ ਨੂਰਪ੍ਰੀ ਦੀ ਲਾਸਟ ਕਵਿਤਾ ਇਹ, ਬਾਕੀ ਉਸਦੇ ਗੀਤ ਸੀਗੇ। ਬਾਕੀ ਆਪਾਂ ਅੱਗੇ ਸ਼ੁਰੂ ਕਰਾਂਗੇ ਸ਼ਿਵ ਕੁਮਾਰ ਦੀਆਂ ਗੀਤ, ਉਸ ਬਾਅਦ ਪਾਸ, ਫਿਰ ਸਾਡਾ ਸਿਲੇਬਸ ਕੰਪਲੀਟ ਹੋ ਜਾਏਗਾ, ਫਿਰ ਅਸੀਂ ਅੱਗੇ ਗ੍ਰੈਮਰ ਪੋਰਸ਼ਨ ਵੱਲ ਹੀ ਚੱਲਾਂਗੇ। ਠੀਕ ਹੈ, ਵੀਡੀਓ ਵਧੀਆ ਲੱਗਦੀ ਲਾਈਕ ਕਰੋ, ਸ਼ੇਅਰ ਕਰੋ। ਡਿਸਕ੍ਰਿਪਸ਼ਨ 'ਚ ਟੈਲੀਗ੍ਰਾਮ ਗਰੁੱਪ ਦਾ ਲਿੰਕ ਆ, ਜ਼ਰੂਰ ਜੁਆਇਨ ਕਰਿਓ। ਧੰਨਵਾਦ।